हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਸਾਲ 2021 ਦਾ ਗਣਿਤ ਦਾ ਪੇਪਰ ਹੈ ਜਿਹੜਾ ਕਰਦੇ ਪਏ ਹਾਂ ਸਵਾਲ ਨੰਬਰ 54 ਦੇ ਉੱਤੇ ਪਹੁੰਚ ਗਏ ਬੇਟਾ ਕਿੰਦਾ ਇੱਕ ਰੇਲ ਗੱਡੀ ਦਿੱਲੀ ਤੋਂ 8:15 AM ਸਵੇਰੇ ਚਲਦੀ ਹੈ ਅਤੇ ਅਜਮੇਰ 2:30 PM ਸ਼ਾਮ ਨੂੰ 2:30 ਤੇ ਪਹੁੰਚਦੀ ਹੈ ਠੀਕ ਹੈ ਰੇਲ ਗੱਡੀ ਰਾਹੀਂ ਦਿੱਲੀ ਤੋਂ ਅਜਮੇਰ ਪਹੁੰਚਣ ਵਿੱਚ ਲੱਗਾ ਸਮਾਂ ਹੈ ਤਾਂ ਬੇਟਾ ਇਹਦੇ ਵਿੱਚ ਅੱਪਾ ਕੀ ਕਰਦੇ ਆ 8:15 ਵਜੇ 8:15 ਮਿੰਟ ਤੇ ਸਵੇਰੇ ਚੱਲੀ ਇਹ ਠੀਕ ਹੈ ਆਪਾਂ ਇੱਥੋਂ ਘੰਟੇ ਗਿਣ ਲੈਣੇ ਸੌਖੇ ਜਿਹੇ ਟੰਗ ਦੇ ਨਾਲ ਹੀ 8:15 ਤੋਂ ਚੱਲੀ ਬੇਟਾ 8:15 ਮਿੰਟ ਤੇ ਚੱਲੀ ਇਹ ਠੀਕ ਹੈ ਇਹਦਾ ਮਤਲਬ 9:15 ਦੇ ਉੱਤੇ ਬੇਟਾ 1 ਘੰਟਾ ਪੂਰਾ ਕਰ ਲਿਆ ਇਹਨੇ ਜਦੋਂ 9:15 ਹੋਏ ਤਾਂ 1 ਘੰਟਾ ਪੂਰਾ ਕਰ ਲਿਆ ਠੀਕ ਹੈ 10:15 ਤੇ ਇਹ 2 ਘੰਟੇ ਹੋ ਗਏ ਇੱਕ ਹੋਰ ਘੰਟਾ ਲੱਗਿਆ ਠੀਕ ਹੈ ਤੇ ਫੇਰ ਬੇਟਾ ਅੱਗੇ 11:15 11:15 ਤੇ ਇੱਕ ਘੰਟਾ ਹੋਰ ਕੰਪਲੀਟ ਹੋ ਗਿਆ ਫੇਰ ਬੇਟਾ 12:15 ਆ ਗਏ ਠੀਕ ਹੈ ਏ ਪੀ ਐਮ ਸ਼ੁਰੂ ਹੋ ਗਏ ਇੱਕ ਘੰਟਾ ਫੇਰ ਬੇਟਾ 1:15 ਹੋ ਗਏ ਇੱਥੇ ਫੇਰ 1 ਘੰਟਾ ਹੋ ਗਿਆ ਫੇਰ ਬੇਟਾ 2:15 ਹੋ ਗਏ 2:15 ਤੇ 1 ਘੰਟਾ ਲੱਗ ਗਿਆ ਉਦੋਂ ਬਾਅਦ ਦੇ ਵਿੱਚ ਬੇਟਾ 2:30 ਤੇ ਤਾਂ ਪਹੁੰਚ ਗਈ 2:15 ਤੱਕ 1 ਘੰਟਾ 2:15 ਤੋਂ 2:30 ਤੱਕ 15 ਮਿੰਟ ਰਹਿ ਗਏ ਨਾ 2:15 ਤੋਂ 2:30 ਤੱਕ ਬੇਟਾ 15 ਮਿੰਟ ਠੀਕ ਹੈ ਹੋਣ ਬੇਟਾ ਉਹ ਪੁੱਛ ਰਿਹਾ ਵੀ ਕਿੰਨਾ ਸਮਾਂ ਲੰਦੀ ਪਈ ਹੈ ਤਾਂ ਆਪਾਂ ਗਿਣ ਲੈਨੇ 1 2 3 4 5 6 6 ਘੰਟੇ 15 ਮਿੰਟ ਠੀਕ ਹੈ ਬੇਟਾ ਤਾਂ ਸਾਡਾ ਉੱਤਰ ਕੀ ਆਉਂਦਾ ਪਿਆ 6 ਘੰਟੇ 15 ਮਿੰਟ ਤੇ ਆਪਾਂ ਆਲਟਰਨੇਟਿਵ ਆਨਸਰ ਦੇ ਵਿੱਚ ਦੇਖ ਲੈਨੇ ਆ ਕਿ ਕੀ ਉੱਤਰ ਦਿੰਦਾ ਪਿਆ ਬੇਟਾ ਤਾਂ ਬੇਟਾ ਅ ਬੀ ਆਲਟਰਨੇਟਿਵ ਸਾਨੂੰ ਦਿੰਦਾ ਪਿਆ 6 ਘੰਟੇ 15 ਮਿੰਟ ਤੇ ਬੀ ਆਲਟਰਨੇਟਿਵ ਆਨਸਰ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 54 ਸੋ ਬੇਟਾ ਇਹ ਵੀਡੀਓ ਦੇਖ ਕੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ